पंजाब के स्वास्थ्य मंत्री डॉक्टर बलबीर सिंह ने आज सिविल अस्पताल जालंधर का औचक दौरा किया और उन्होंने कहा कि उन्हें कुछ शिकायतें मिल रही थीं जिसके चलते उन्होंने जांच की है और कुछ खामियां भी सामने आई हैं जिन्हें जल्द ही ठीक कर लिया जाएगा। उन्होंने कहा कि सरकार ने अस्पताल को जरूरी उपकरण उपलब्ध करा दिए हैं और उन्होंने यह भी कहा कि छोटी मोटी कमियों को भी जल्द ही दूर कर लिया जाएगा। दौरा किया है उसके बारे में बता दीजिए थोड़ा सा। देखो मैं सारे अस्पतालों में चेक कर रहे हैं, असी हुण जिहड़ा नवां सिस्टम शुरू किया उहदे च असी दवाइयां जिहड़ी हैगियां 100% मरीजां नूं अंदरों मिल रहीयां और मिल रहीयां। मैं चेक करना आया सीगा, दवाइयां सारे मरीजां नूं मिल रहीयां, ਜਿਹੜੇ ਟੈਸਟ ਹੈ ਉਹ ਹਸਪਤਾਲ 'ਚ ਹੋਣੇ ਚਾਹੀਦੇ। ਹਸਪਤਾਲ ਜਿਹੜੀ ਅਸੀਂ ਦੋ ਨਵੇਂ ਰਿਫੋਰਮ ਕੀਤੇ ਹੈਗੇ, ਬਾਕੀ ਇਸ ਤੋਂ ਸਿਵਾਏ ਹੁਣ ਜਿਹੜੇ ਮੇਨਟੇਨੈਂਸ ਦੇ ਇਸ਼ੂ ਹੈ ਉਹਦੇ ਵਾਸਤੇ ਮੈਂ ਦੇਖਿਆ ਗਿਆ ਕਿ ਮੇਨਟੇਨੈਂਸ ਦੀ ਲੋੜ ਹੈ ਜਾਂ ਸਾਫ਼ ਸਫਾਈ ਦੀ ਲੋੜ ਹੈ। ਅਸੀਂ ਕੁਝ ਸਰਵਿਸਿਜ਼ ਜਿਹੜੀਆਂ ਹੈਗੀਆਂ ਆਊਟਸੋਰਸ ਕਰ ਰਹੇ ਹਾਂ, ਉਹਦੇ ਵਾਸਤੇ ਵੀ ਅਸੀਂ ਇੱਕ ਨਵਾਂ ਸਿਸਟਮ, ਜਿਵੇਂ ਅਸੀਂ ਲੈਬੋਰਟਰੀ ਸਰਵਿਸਿਜ਼ ਆਮ ਆਦਮੀ ਕਲੀਨਿਕ ਲਈ ਆਊਟਸੋਰਸ ਕੀਤੀਆਂ, ਉਹਦੇ ਵਾਸਤੇ ਵੀ ਇੱਕ ਨਵਾਂ ਸਿਸਟਮ ਲੈ ਕੇ ਆ ਰਿਹਾ ਜੀ। ਹੋਰ ਇਹਨਾਂ ਨੂੰ ਬਹੁਤ ਵਧੀਆ ਬਣਾਵਾਂਗੇ ਔਰ ਇੱਥੇ ਤੁਹਾਡੀਆਂ ਜਿਹੜੀਆਂ ਹੈਗੀਆਂ ਇੰਟੈਂਸਿਵ ਕੇਅਰ ਯੂਨਿਟ ਐਮਰਜੈਂਸੀ ਸਰਵਿਸ ਜਿਹੜੀਆਂ ਹੈਗੀਆਂ ਕਿ ਜੇ ਕੋਈ ਬੰਦੇ ਨੂੰ ਕੋਈ ਕਿਸੇ ਨੂੰ ਮਤਲਬ ਐਕਸੀਡੈਂਟ ਹੋ ਗਿਆ ਉਹਨੂੰ ਕੋਈ ਲਾਈਫ ਸਪੋਰਟ ਦੀ ਲੋੜ ਹੈ, ਉਹ ਸਾਰਾ ਲਾਈਫ ਸਪੋਰਟ ਵਾਲਾ ਸਿਸਟਮ ਜਿਹੜਾ ਜਿਹਦੇ ਵਿੱਚ ਵੈਂਟੀਲੇਟਰ ਵੀ ਹੋਵੇ ਅਤੇ ਕਾਰਡੀਕ ਮੋਨੀਟਰਿੰਗ ਸਾਰਾ ਕੁਝ ਹੋਵੇ ਤਾਂ ਕਿ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਹਨੂੰ ਹੋਰ ਬਿਹਤਰ ਕਰਾਂਗੇ ਜੀ, ਦਵਾਈਆਂ ਦੀ ਸਪਲਾਈ ਠੀਕ ਹੋਈ ਹੈ ਔਰ ਜਿਹੜੇ ਡਾਇਗਨੋਸਟਿਕ ਜਿਹੜੇ ਹੈਗੇ ਉਹ ਠੀਕ ਹੋਏ। ਸਰ ਇਸ ਤੋਂ ਇਲਾਵਾ ਜਿਹਦੀ ਕੋਈ ਕਮੀਆਂ ਰਹਿ ਗਈਆਂ ਉਹਨੂੰ ਕਿੱਦਾਂ ਕਰਮੇ ਆਪਣੇ ਜਿਹੜੀ ਹੈਗੀਆਂ ਵਾ, ਦਰਵਾਜ਼ੇ ਵੀ ਬੰਦ ਰਹਿੰਦੇ ਆ, ਕੁਝ ਗੇਟ ਬੰਦ ਰਹਿੰਦੇ ਆ, ਉਹ ਵੀ ਕਰ ਦਾਂਗੇ ਜੀ। ਉਹ ਛੋਟੀ ਛੋਟੀਆਂ ਗੱਲਾਂ, ਦੀਜ਼ ਆਰ ਦਾ ਐਡਮਿਨਿਸਟ੍ਰੇਟਿਵ ਇਸ਼ੂਜ਼, ਉਹ ਮੈਂ ਜਿਹੜੇ ਆਪਣੇ ਉਹਨਾਂ ਦੇ ਮੈਡੀਕਲ ਸੁਪਰਡੈਂਟ ਉਹਨੂੰ ਇੰਸਟਰਕਟ ਕਰ ਦਾਂਗਾ, ਦੈਟ ਵਿਲ ਬੀ ਟੇਕਨ ਕੇਅਰ ਆਫ। ਉਹ ਤਾਂ ਛੋਟੇ ਛੋਟੇ ਐਡਮਿਨਿਸਟ੍ਰੇਟਿਵ ਇਸ਼ੂਜ਼ ਆ ਜੀ, ਉਹ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।